ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਪੁਨੀਤ ਚੋਪੜਾ। ਮੈਂ ਤੁਹਾਨੂੰ ਅੱਜ ਆਪਣੀ ਕੰਪਨੀ ਦੇ ਬਾਰੇ 'ਚ ਦੱਸਣਾ ਚਾਹੂੰਗਾ। ਤੁਸੀਂ ਮੇਰੇ ਨਾਲ ਵੈਸੇ ਵੀ 10 ਸਾਲ ਤੋਂ ਜੁੜੇ ਹੋਏ ਹੋ। ਮੈਂ ਗੋ ਅਬਰੋਡ ਕੰਸਲਟੈਂਟ ਤੋਂ ਸੈਕਟਰ 34A SU 13-14-15 10 ਸਾਲ ਦੇ ਤੁਹਾਡੇ ਪਿਆਰ ਦੇ ਸਦਕੇ ਅਸੀਂ ਹੁਣ ਆਪਣੀ ਅਲੱਗ ਤੋਂ ਇੱਕ ਵਧੀਆ ਜਗ੍ਹਾ ਲਿੱਤੀ ਹੈ, ਜਿਹਦੇ ਵਿੱਚ ਅਸੀਂ ਸਟੂਡੈਂਟ ਵੀਜ਼ਾ ਦੇ ਨਾਲ ਨਾਲ 100 ਇਹੋ ਜਿਹੇ ਨਵੇਂ ਪ੍ਰੋਡਕਟ ਲੈ ਕੇ ਆਏ ਹਾਂ, ਜਿਹੜਾ ਕਿ ਪ੍ਰੋਡਕਟ ਹਰ ਇੱਕ ਉਸ ਬੰਦੇ ਵਾਸਤੇ ਹੈ ਜਿਹੜਾ ਕਿ ਅੱਜ ਤੱਕ ਬਾਹਰ ਜਾਣ ਦਾ ਉਹਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਇਹਦੇ 'ਚ ਮੇਨ ਜਿਹੜਾ ਹੈ ਉਹ ਹੈਗਾ ਸਕੂਲਿੰਗ ਵੀਜ਼ਾ। ਸਕੂਲਿੰਗ ਵੀਜ਼ਾ 6 ਸਾਲ ਤੋਂ ਲੈ ਕੇ 17 ਸਾਲ ਦੇ ਬੱਚਿਆਂ ਵਾਸਤੇ ਆਸਟ੍ਰੇਲੀਆ ਦੇ ਵਿੱਚ ਗੌਰਮੈਂਟ ਸਕੂਲਸ, ਕੋਈ ਪ੍ਰਾਈਵੇਟ ਸਕੂਲ ਨਹੀਂ ਜੀ, ਗੌਰਮੈਂਟ ਸਕੂਲਸ। ਗੌਰਮੈਂਟ ਸਕੂਲਸ ਕਿਉਂ? ਕਿਉਂਕਿ ਇਹਨਾਂ ਵਿੱਚ ਔਥੈਂਟਿਸਿਟੀ ਜ਼ਿਆਦਾ ਹੁੰਦੀ ਹੈ। ਗੌਰਮੈਂਟ ਐਮਬੈਸੀ ਜਿਹੜੇ ਇਹ ਗੌਰਮੈਂਟ ਸਕੂਲਸ ਦੇ ਵਿੱਚ ਅਪਲਾਈ ਕਰਦੇ ਹੈ ਉਹਨਾਂ 'ਚ ਜ਼ਿਆਦਾ ਵਧੀਆ ਮੰਨ ਕੇ ਉਹਨਾਂ ਦਾ ਵੀਜ਼ਾ ਸਕਸੈਸ ਰੇਟ ਹਾਈ ਹੁੰਦਾ ਹਮੇਸ਼ਾ ਹੀ। ਦੂਜੀ ਜਿਹੜੀ ਨਵਾਂ ਜਿਹੜਾ ਆਪਾਂ ਪ੍ਰੋਡਕਟ ਲੈ ਕੇ ਆਏ ਹਾਂ ਉਹ ਹੈਗਾ ਕਿ ਆਪਣੇ ਕੋਲ ਪਹਿਲਾਂ ਆਇਲਸ ਦੀ ਕਲਾਸਿਸ ਆਪਾਂ ਨਹੀਂ ਦੇ ਰਹੇ ਸੀਗੇ, ਹੁਣ ਆਪਾਂ ਆਇਲਸ ਦੀ ਕਲਾਸਿਸ ਦੇ ਰਹੇ ਹਾਂ। ਮਾਤਰ ਸਿਰਫ 12,000 ਰੁਪਏ 'ਚ ਅਨਲਿਮਿਟਿਡ ਕਲਾਸਿਸ, ਤੁਸੀਂ 2 ਮਹੀਨੇ, 3 ਮਹੀਨੇ, 4 ਮਹੀਨੇ, 5 ਮਹੀਨੇ, ਜਿੰਨੀ ਦੇਰ ਤੁਸੀਂ ਪੜ੍ਹਨਾ, ਜਦ ਤੱਕ ਤੁਹਾਡੇ ਬੈਂਡ ਨਹੀਂ ਆਉਂਦੇ ਤੁਸੀਂ ਕਰ ਸਕਦੇ ਹੋ। ਲੋਕ ਆਪਣਾ ਇੰਸਟੀਟਿਊਟ ਬਾਹਰ ਚਲਾ ਰਹੇ ਹੈ ਜਾਂ ਜੋ ਵੀ ਆਪਣਾ ਪ੍ਰੋਡਕਟਸ ਚਲਾ ਰਹੇ ਹਾਂ, ਅਸੀਂ ਸਾਰਾ ਕੁਝ ਜੋ ਵੀ ਲੈ ਕੇ ਆਏ ਹਾਂ ਉਹ ਵੀ ਕਰ ਰਹੇ ਹਾਂ, ਅਤੇ ਯੂਨੀਕ ਪ੍ਰੋਡਕਟਸ ਵੀ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਹਾਂ। ਆਸਟ੍ਰੇਲੀਆ ਕਿਸੇ ਨੇ ਅੱਜ ਤੱਕ ਵਿਦਾਊਟ ਆਈਲੈਟਸ ਨਹੀਂ ਕੀਤਾ, ਅਸੀਂ ਵਿਦਾਊਟ ਆਈਲਟਸ ਵੀ ਲੈ ਕੇ ਆ ਰਹੇ ਹਾਂ, ਤੁਸੀਂ ਆਪਣੀ ਪ੍ਰੋਫਾਈਲ ਜੱਜ ਕਰਾਓ। ਇਹ ਹੁਣ ਆਪਾਂ ਇਸ ਕੰਮ ਨੂੰ ਜਿਹੜਾ ਪੰਜਾਬ 'ਚ ਠੱਗੀ ਵਾਲਾ ਕੰਮ ਹੈ ਹੁਣ ਉਹਨੂੰ ਅਸੀਂ ਖਤਮ ਕਰਨਾ। ਪ੍ਰੋਸੈਸਿੰਗ ਫੀਸ ਦੇ ਨਾਮ ਤੋਂ ਜਿਹੜੀ ਠੱਗੀ ਚੱਲਦੀ ਹੈ ਉਸ ਚੀਜ਼ ਨੂੰ ਖਤਮ ਕਰਨਾ, ਬਹੁਤ ਹੀ ਪਿਆਰ ਦੇ ਨਾਲ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਗਾਈਡ ਕਰਕੇ, ਤੁਹਾਡੇ ਅੱਗੇ ਫਾਈਲਿੰਗ ਕਰਕੇ ਪ੍ਰੋਪਰ ਤਰੀਕੇ ਨਾਲ ਫਿਰ ਤੁਹਾਡੀ ਫਾਈਲ ਅੰਬੈਸੀ ਚਲਾਉਣੀ ਹੈ, ਠੀਕ ਹੈ। ਵੀਜ਼ਾ ਦੀ ਗਰੰਟੀ ਮੇਰੇ ਇੱਥੇ ਨਹੀਂ ਮਿਲਦੀ, ਮੈਂ ਅੱਜ ਵੀ ਉਹੀ ਚੀਜ਼ ਕਹੂੰਗਾ ਜੋ ਮੈਂ ਪਹਿਲਾਂ ਕਹੀ ਹੈ। ਵੀਜ਼ਾ ਗਰੰਟੀ ਜਾਂ ਤਾਂ ਰੱਬ ਦਿੰਦਾ ਜਾਂ ਫਿਰ ਠੱਗ ਦਿੰਦਾ, ਅਸੀਂ ਦੋਨਾਂ 'ਚ ਹੀ ਕੁਛ ਨਹੀਂ ਜੀ। ਤਾਂ ਇਸ ਕਰਕੇ ਜਦ ਵੀ ਤੁਸੀਂ ਮੇਰੇ ਕੋਲ ਆਓ ਇੱਕ ਅਪੁਆਇੰਟਮੈਂਟ ਲੈ ਕੇ ਜ਼ਰੂਰ ਆਇਓ, ਕਿਉਂਕਿ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਮੈਂ ਵੀ ਤੁਹਾਨੂੰ ਮਿਲਣਾ ਚਾਹੁੰਦਾ। ਬਟ ਇਹ ਨਾ ਹੋਏ ਕਿ ਤੁਸੀਂ ਮੇਰੇ ਕੋਲ ਆਏ ਹੋ ਔਰ ਉੱਥੇ ਪਹਿਲਾਂ ਹੀ ਬਹੁਤ ਬੰਦਾ ਅਪੁਆਇੰਟਮੈਂਟ ਲੈ ਕੇ ਬੈਠੇ ਹੋ, ਤੁਸੀਂ ਮਿਲ ਨਾ ਸਕੋ। ਜ਼ਿਆਦਾ ਤੋਂ ਜ਼ਿਆਦਾ ਮੇਰੇ ਨਾਲ ਮਿਲ ਕੇ ਗੱਲ ਕਰੋ, ਫੋਨ 'ਤੇ ਨਹੀਂ, ਫੋਨ 'ਤੇ ਮੈਂ ਸਾਰੀ ਗੱਲ ਨਹੀਂ ਕਰ ਸਕੂੰਗਾ ਔਰ ਸ਼ਾਇਦ ਮੈਂ ਫੋਨ ਚੱਕ ਵੀ ਨਾ ਸਕਾਂ ਤੁਹਾਡਾ, ਮੇਰਾ ਬਿਜ਼ੀ ਸ਼ਡਿਊਲ ਹੋਣ ਦੇ ਕਾਰਨ। ਆਪਾਂ ਜਲਦੀ ਮਿਲਦੇ ਹਾਂ, ਕਾਫੀ ਪ੍ਰੋਡਕਟਸ ਹੈ, ਸਟੂਡੈਂਟ ਵੀਜ਼ਾ, ਸਕੂਲਿੰਗ ਵੀਜ਼ਾ, PR, ਟੂਰਿਸਟ ਵੀਜ਼ਾ, ਆਇਲਸ ਦੀ ਕਲਾਸਿਸ, ਜੋ ਵੀ ਤੁਹਾਨੂੰ ਠੀਕ ਲੱਗੇ ਤੁਸੀਂ ਆਓ, ਆਪਣੀ ਪ੍ਰੋਫਾਈਲ ਡਿਸਕਸ ਕਰੋ, ਬੈਠ ਕੇ ਗੱਲ ਕਰਾਂਗੇ। ਥੈਂਕ ਯੂ ਵੈਰੀ ਮੱਚ।